ਗੁਰੂ ਘਰਾਂ 'ਚ ਮਸ਼ੀਨਾਂ ਆ ਗਈਆਂ ਆਟਾ ਛਾਣਨ ਵਾਲੀਆਂ ਵੀ, ਆਟਾ ਗੁੰਨਣ ਵਾਲੀਆਂ ਵੀ। ਸਾਡੀਆਂ ਤਾਂ ਮਾਤਾ ਹੀ ਮਸ਼ੀਨਾਂ ਨੇ, ਮਸ਼ੀਨਾਂ ਨੂੰ ਮਾਤ ਪਾਉਂਦੀਆਂ ਨੇ ਆਹ ਮਾਤਾਵਾਂ। ਲਗਭਗ ਸਾਡੇ ਪਿੰਡ 20 ਤੋਂ 25 ਹਜ਼ਾਰ ਸੰਗਤ ਦਾ ਇਕੱਠ ਹੁੰਦਾ ਇੱਕ ਦਿਨ ਦਾ। 5 ਦੇਗੇ ਦਾਲ ਦੇ ਲੱਗਦੇ ਆ। ਮੈਂ ਹਲਵਾਈ ਨਾਲ ਹੁਣੀ ਗੱਲ ਕਰਕੇ ਹਟਿਆ ਸੀਗਾ, ਹਲਵਾਈ ਬਾਈ ਕਹਿੰਦਾ ਵੀ 1 ਦੇਗਾ 5 ਹਜ਼ਾਰ ਨੂੰ ਸਾਰ ਦਿੰਦਾ, 20 ਹਜ਼ਾਰ 25 ਹਜ਼ਾਰ ਦਾ ਇਕੱਠ ਹੁੰਦਾ। ਸਾਡੀਆਂ ਆਹ ਮਾਈਆਂ ਦੇ ਸਿਰ 'ਤੇ ਆ ਬਾਈ, ਇਹ ਮਾਈਆਂ ਹੀ ਆਟਾ ਗੁੰਨਦੀਆਂ। ਇੱਧਰ ਤੁਸੀਂ ਦੇਖ ਸਕਦੇ ਹੋ ਤਵੀ ਦੇ ਉੱਤੇ ਪੂਰਾ ਫੁੱਲ, ਉੱਧਰ ਚੱਲੀ ਜਾਂਦਾ ਕੰਮ, ਪੂਰਾ ਤਤਪਰ ਹੋ ਕੇ ਸਾਰਾ ਕੰਮ। ਮਾਈਆਂ ਇੱਕ ਦੂਜੇ ਤੋਂ ਮੂਹਰੇ ਹੋ ਕੇ ਸੇਵਾਵਾਂ ਕਰਦੀਆਂ ਨੇ ਬਾਈ। ਹਾਂਜੀ, ਹਾਂ, ਹੱਥੀਂ ਸੇਵਾ, ਹੱਥੀਂ ਸੇਵਾ ਦਾ ਨਜ਼ਾਰਾ ਨਾ ਬੇਬੇ, ਨਾ ਮਸ਼ੀਨ ਨਾਲੋ ਜਾਂ ਪ੍ਰਸ਼ਾਦਾ ਬਣੇ। ਠੀਕ ਹੈ ਜੀ, ਠੀਕ ਹੈ। ਲਓ ਜੀ, ਮਾਈ ਨੇ ਵਚਨ ਕੀਤਾ, ਕਹਿੰਦੇ ਵੀ ਜਿਹੜੀ ਕੋਈ ਮਰਜ਼ੀ ਸੁੱਖ ਸੁੱਖ ਲਿਓ, ਉਹੀ ਤੁਹਾਡੀ ਪੂਰੀ ਹੋਊਗੀ। ਗਾਈ ਪ੍ਰਸ਼ਾਦੇ ਦੇਖੋ ਤੁਸੀਂ, ਮਸ਼ੀਨਾਂ ਰੀਸ ਕਰ ਲੈਣਗੀਆਂ। ਆਹ ਪ੍ਰਸ਼ਾਦਾ ਕਿੱਥੇ ਹੱਥਾਂ ਦਾ ਬਣਿਆ ਹੋਇਆ ਪ੍ਰਸ਼ਾਦਾ, ਕਿੱਥੇ ਮਸ਼ੀਨ ਦਾ ਬਣਿਆ ਹੋਇਆ ਪ੍ਰਸ਼ਾਦਾ। ਸਾਡੇ ਸਾਰੀਆਂ, ਸਾਡੇ ਪਿੰਡ ਦੀਆਂ ਸਾਰੀਆਂ ਮਾਈਆਂ ਬਈ ਸੇਵਾ ਦੇ ਵਿੱਚ ਫੁੱਲ ਯੋਗਦਾਨ ਪਾਉਂਦੀਆਂ ਨੇ, ਇੱਕ ਦੂਜੇ ਤੋਂ ਮੂਹਰੇ ਹੋ ਕੇ ਸੇਵਾਵਾਂ ਕਰਦੀਆਂ ਨੇ। ਤਕੜੀ ਮਾਸੀ, ਇਹਨਾਂ ਮਾਈਆਂ ਦੇ ਸਿਰ 'ਤੇ ਚੱਲਦਾ ਬਾਈ ਸਾਰਾ ਸਿਸਟਮ, ਜਿੰਨਾ ਪ੍ਰਸ਼ਾਦਾ ਪਾਣੀ ਬਣਦਾ। ਸਾਡੇ ਨਹੀਂ ਕੋਈ ਮਸ਼ੀਨ ਮਸ਼ੂਨ ਹੈਗੀ, ਸਾਡੇ ਤਾਂ ਮਾਈਆਂ ਹੀ ਮਸ਼ੀਨਾਂ ਨੇ, ਇਹੀ ਬਣਾਉਂਦੀਆਂ ਨੇ ਢੇਰੀ। ਜਿੰਨੀ ਮਰਜ਼ੀ ਸੰਗਤ ਆ ਜਾਏ, ਲਗਭਗ 20 ਹਜ਼ਾਰ ਤੋਂ ਵੱਧ ਇੱਕ ਦਿਨ 'ਚ ਪ੍ਰਸ਼ਾਦਾ ਬਣਦਾ। ਸਾਰਾ ਮਾਈਆਂ ਤਿਆਰ ਕਰਦੀਆਂ ਨੇ, ਆਟਾ ਗੁੰਨੀਆਂ ਨੇ, ਪੇੜੇ ਬਣਾਈ ਜਾਂਦੀਆਂ ਨੇ। ਇੱਥੇ ਜਿੰਨੀਆਂ ਤਵੀਆਂ ਨੇ ਸਾਰੀਆਂ ਚੱਲ ਪੈਂਦੀਆਂ ਉਸ ਟਾਈਮ। ਕੋਈ ਨਹੀਂ ਕੋਈ ਨਹੀਂ ਮਾਈ, ਉੱਧਰ ਦੀ ਹੋ ਜਾਊ। ਮਦਾਨੀਆਂ ਲੱਗੀਆਂ ਨੇ, ਨਾਇਬ ਸਿੰਘ ਮਦਾਨੀਆਂ ਲਾਈ ਜਾਂਦਾ। ਕਿੰਨੇ ਕਿੰਨੀਆਂ ਕਲਾਤੀਆਂ ਮਦਾਨੀਆਂ ਮਦੂਨੇ ਚੱਕ ਤੇ ਫੱਟੇ ਪੂਰੇ, ਅਣਗਿਣਤੀ ਹੋ ਗਿਆ ਕੰਮ। ਦੇਖਦਾ ਮੈਂ ਉਹਨਾਂ ਨਾਲ ਕਰਦਾ ਗੱਲ। ਸੇਵਾਵਾਂ ਚੱਲ ਰਹੀਆਂ ਨੇ ਭਾਈ ਜੰਗੀ ਪੱਧਰ ਤੇ ਪੂਰਾ। ਹੋਰ ਜੀ ਕਾਇਮ ਹੋ ਜਨਾਬ, ਚੜ੍ਹਦੀ ਕਲਾ ਜਮਾ ਠੀਕ ਚੱਲ ਰਹੀਆਂ ਨੇ ਸੇਵਾਵਾਂ। ਲਓ ਜੀ ਜਲੇਬੀ ਪਈ ਆ ਵਾਧੂ, ਇੱਥੇ ਤਾਂ ਮੁੱਕਣ ਵਾਲਾ ਸਿਸਟਮ ਹੀ ਨਹੀਂ ਕੋਈ, ਦਾਦੇ ਦੇ ਘਰ ਵਾਲੇ ਵੱਡੇ ਨੇ। ਲੈ ਬਈ ਕੜਾ ਜਸ਼ਨ ਵੀਰਾ, ਇੱਕ ਸਕਿੰਟ ਬਾਰੀ ਦੀ ਉਡੀਕ ਕਰ ਰਹੇ ਹੋ ਬਈ, ਬਾਰੀ ਦੀ ਉਡੀਕ ਕਰ ਰਹੇ ਹੋ। ਵਾਹ ਜੀ ਵਾਹ, ਸੰਗਤ ਜੀ ਜਿੰਨੀ ਵੀ ਸੰਗਤ ਸੇਵਾ ਕਰ ਰਹੀ ਹੈ ਇਸ ਤਰ੍ਹਾਂ ਚੈਠ ਕੇ ਬੈਠ ਕੇ ਵੇਟ ਕਰਦੇ ਆ ਵੀ ਸਾਨੂੰ ਸੇਵਾ ਮਿਲ ਜੇ। ਸਾਰੀ ਸੰਗਤ ਤੁਸੀਂ ਦੇਖ ਸਕਦੇ ਹੋ, ਸਾਰੀ ਸੰਗਤ ਸੇਵਾ ਕਰ ਰਹੇ ਨਵੇਂ ਨੌਜਵਾਨ ਮੁੰਡੇ ਨੇ ਜਿੰਨੇ ਵੀ।
ਦੂਜੇ ਮੁੰਡੇ ਆ ਕੇ ਇੱਥੇ ਬੈਠ ਜਾਂਦੇ ਆ, ਉਹ ਸੇਵਾ ਕਰਨ ਲੱਗ ਜਾਂਦੇ ਆ, ਦੂਜੇ ਦਮ ਲੈਣ ਲੱਗ ਜਾਂਦੇ ਆ, ਇਸੇ ਤਰ੍ਹਾਂ ਹੀ ਚੱਲੀ ਜਾਂਦਾ ਲਗਾਤਾਰ। ਇਹ 17 ਭਾਦੋਂ ਤੋਂ ਚੱਲਿਆ, ਅੱਜ 19 ਭਾਦੋਂ ਦੀ ਸ਼ਾਮ ਹੋ ਗਈ। ਵੈਸੇ ਤਾਂ ਇਹ 1 ਭਾਦੋਂ ਤੋਂ ਸਾਡਾ ਸਮਾਗਮ ਵਾਂਗੂ ਚੱਲ ਪੈਂਦਾ, ਤਿਆਰੀਆਂ ਚੱਲ ਪੈਂਦੀਆਂ ਨੇ। 1 ਭਾਦੋਂ ਤੋਂ 20 ਭਾਦੋਂ ਤੱਕ ਚੱਲਦਾ ਸਾਡਾ ਸਾਰਾ ਸਿਸਟਮ। ਇਹ ਸਾਡਾ ਸਾਰਾ ਪਿੰਡ ਲਗਭਗ 1 ਭਾਦੋਂ ਤੋਂ ਲੈ ਕੇ 20 ਭਾਦੋਂ ਤੱਕ ਗੁਰਦੁਆਰੇ ਹਰ ਜ਼ਰੂਰ ਹਾਜ਼ਰੀ ਭਰਦਾ। ਆ ਗਏ ਜੀ ਸਾਰੇ ਬੱਚੇ। ਉਸੇ ਤਰ੍ਹਾਂ ਸੇਵਾਵਾਂ ਚੱਲ ਰਹੀਆਂ ਨੇ। 19 ਭਾਦੋਂ ਮਾਫੀ ਦਾ ਦਿਨ ਹੈ। ਆਹ ਦੇਖੋ ਬਈ ਭਾਂਡਾ ਠੀਕ ਕਰ, ਤਿਆਰ ਆ, ਸਾਫ਼ ਕਰ ਕਰਕੇ ਧਰੇ ਪਏ ਨੇ। ਭਾਦੋਂ ਸਮਾਪਤੀ ਦੇ ਦੀਵਾਨ ਦਾ ਤੁਸੀਂ ਲਾਸਟ ਦ੍ਰਿਸ਼ ਦੇਖੋ, ਦਰਬਾਰ ਸਾਹਿਬ ਦਾ ਪਾਰਕ ਦੇਖੋ, ਮੀਂਹ ਤੋਂ ਬਾਅਦ ਕਿੰਨਾ ਵਧੀਆ ਸਾਫ਼ ਸੁਥਰਾ ਹੋ ਗਿਆ। ਅਤੇ ਮੀਂਹ ਪੈਣ ਕਰਕੇ ਇੱਕ ਵਾਰੀ ਬਿਲਕੁਲ ਜਮ੍ਹਾਂ ਖੜਾਂਦ ਪੈ ਗਈ ਸੀ। ਦੀਵਾਨ ਤਾਂ ਲਗਾਤਾਰ ਚੱਲਦੇ ਰਹੇ, ਤੁਸੀਂ ਲਾਈਵ ਦੇ ਵਿੱਚ ਦੇਖ ਹੀ ਰਹੇ ਹੋ, ਅਤੇ ਹੁਣ ਦੁਬਾਰਾ ਤੋਂ ਸੰਗਤ ਆਉਣ ਲੱਗੀ ਹੈ, ਤੁਸੀਂ ਦੇਖ ਰਹੇ ਹੋ। ਉਸੇ ਤਰ੍ਹਾਂ ਹੀ ਸੇਵਾਵਾਂ ਚੱਲ ਰਹੀਆਂ ਨੇ, ਜਿਵੇਂ 3 ਦਿਨ ਹੋ ਗਏ ਲਗਾਤਾਰ ਸੇਵਾਵਾਂ ਚੱਲ ਰਹੀਆਂ ਨੇ। ਬਿਲਕੁਲ ਸਾਰੀਆਂ ਸੇਵਾਵਾਂ ਉਸੇ ਤਰ੍ਹਾਂ ਹੀ ਚੱਲ ਰਹੀਆਂ ਨੇ। ਬਹੁਤ ਹੈ ਲਓ ਜੀ ਦੇਖੋ ਬਾਹਰੀ ਦ੍ਰਿਸ਼, 19 ਭਾਦੋਂ ਦੇ ਦਿਨ ਦਾ ਬਾਹਰੀ ਦ੍ਰਿਸ਼ ਦੇਖੋ। ਅੰਦਰੋਂ ਲਾਈਵ ਚੱਲ ਰਿਹਾ, ਉਹ ਤੁਸੀਂ ਆਪਣੇ DHK ਮੀਡੀਆ YouTube ਚੈਨਲ 'ਤੇ ਦੇਖ ਹੀ ਸਕਦੇ ਹੋ।
ਸਾਡੇ ਜੋੜੀ ਵਾਲੇ ਬਾਬਾ ਜੀ। ਬਾਬਾ ਜੀ ਖੇਡਾਂ ਲੈਂਦੇ ਫਿਰਦੇ ਹੋ? ਨਾ ਜੀ, ਮੇਲਾ ਦੇਖਦੇ। ਅੱਛਾ ਜੀ। 19 ਭਾਦੋਂ ਸਮਾਪਤੀ ਦਾ ਦਿਨ, ਕੀ ਹਾਲ ਹੈ ਬਈ, ਕਾਇਮ ਹੈ? ਹਾਂ ਵਧੀਆ ਵਧੀਆ। ਇੱਥੇ ਕੁਛ ਹੋਇਆ ਲੱਗਦਾ, ਇੱਥੇ ਉਹੀ ਗੇਮ ਚੱਲ ਰਹੀ ਹੈ। ਭਾਦੋਂ ਸਮਾਪਤੀ ਦਾ ਦਿਨ ਅੱਜ, ਤੇ ਦੀਵਾਨ ਚੱਲ ਰਹੇ ਨੇ, ਮੀਂਹ ਮੂੰਹ ਪੈ ਗਿਆ, ਮੌਸਮ ਹੋ ਗਿਆ ਠੰਡਾ। ਹਰ ਸਾਲ 17-18-19 ਭਾਦੋਂ ਤਿੰਨੇ ਦਿਨਾਂ 'ਚੋਂ ਕਿਸੇ ਦਿਨ ਵੀ ਮੀਂਹ ਪੈ ਜਾਂਦਾ, ਅਤੇ ਮੌਸਮ ਬਹੁਤ ਸੋਹਣਾ ਹੋ ਜਾਂਦਾ। ਪਹਿਲਾਂ 2-3 ਦਿਨ ਗਰਮੀ ਸੀ ਬਹੁਤ ਜ਼ਿਆਦਾ, ਅਤੇ ਅੱਜ ਮੌਸਮ ਬਹੁਤ ਵਧੀਆ ਹੋ ਚੁੱਕਿਆ ਹੈ, ਠੰਡ ਹੋ ਚੁੱਕੀ ਹੈ। ਹਰ ਸਾਲ 17-18-19 ਭਾਦੋਂ ਨੂੰ ਮੀਂਹ ਪੈਂਦਾ ਹੀ ਪੈਂਦਾ। ਤੁਹਾਨੂੰ ਬਾਹਰੀ ਦ੍ਰਿਸ਼ ਦਿਖਾਉਣੇ ਆ, ਸੰਤ ਬਾਬਾ ਬੱਗਾ ਸਿੰਘ ਜੀ ਕਾਰਨ ਬਾਈ ਹੋਰਾਂ ਨੇ ਆਪਣੀਆਂ ਜਿਹੜੀਆਂ ਦੁਕਾਨਾਂ ਨੇ ਉਹ ਇਕੱਠੀਆਂ ਕਰ ਲਈਆਂ ਸੀਗੀਆਂ, ਇੱਕ ਵਾਰੀ ਦੁਬਾਰੇ ਤੋਂ ਸ਼ੁਰੂ ਕੀਤੀਆਂ। ਦੁਬਾਰੇ ਬਣਾ ਰਹੇ ਇਹਨੂੰ, ਦੁਬਾਰੇ ਚਲਾ ਰਹੇ, ਨਹੀਂ ਕਰਕੇ ਬੰਦ ਕਰਤਾ ਸੀ, ਹੁਣ ਇਹ 'ਚ ਹਵਾ ਭਰੀ ਜਾਂਦੀ ਹੈ। ਆਹ ਦੇਖੋ ਮਿੱਤਰੋ, ਹਵਾ ਭਰੀ ਦੇ ਦੇਖੋ ਤੁਸੀਂ, ਉੱਠਦੀ ਹੈ। ਆਹ ਲੱਗ ਜਵਾਕ ਜੇ ਸਿੰਘ ਚੱਕਣਾ,